ਸਾਡੇ ਪਿੰਡ ਅੱਜੋਂ ਡੂਢ ਸਾਲ ਪਹਿਲੇ ਵੀ ਟਰਾਂਸਮਿਟਰ 8 ਚੋਰੀ ਹੋਏ ਸੀ ਅਤੇ ਇਹ ਪੁਲਿਸ ਨੂੰ ਅਤੇ ਜੇਈ ਸਾਹਿਬ ਨੂੰ ਮਹਿਕਮੇ ਨੂੰ ਆ ਗਿਆ ਆਈ ਸੀ ਰਿਪੋਰਟ ਅਤੇ ਟਰਾਂਸਮਿਟਰ ਵਾਰ ਵਾਰ ਚੋਰੀ ਹੋਣਾ ਕੀ ਹੈ ਕੋਈ ਮਿਲੀ ਭਗਤ ਹੈ ਇਹਦਾ ਕੋਈ ਪਤਾ ਨਹੀਂ ਵਾਰ ਵਾਰ ਤਾਮਾ ਕਿੰਨਾ ਹੁਣ ਕਿੰਨਾ ਕੱਢ ਕੇ ਲੈ ਜਾਂਦੇ ਹੈ ਹੁਣ ਅਜੇ 6 ਟਰਾਂਸਮਿਟਰ 7 ਹੋਏ ਨੇ 7 ਟਰਾਂਸਮਿਟਰ ਚੋਰੀ ਹੋਏ ਸਾਡੇ ਸਾਡੇ ਇੱਕ ਮੇਰੇ ਭਰਾ ਦਾ ਹੋਇਆ ਅਤੇ 2 ਭਤੀਜੇ ਹੈ ਬਾਕੀ ਸਾਡੇ ਪਿੰਡ ਦੇ ਮਹਿੰਦਰ ਜੀ ਕਾਸਵਾਨ ਜੀ ਇਹਨਾਂ ਦਾ ਅਤੇ ਬਾਕੀ ਮਹਿਨਪਾਲ ਇਹਨਾਂ ਦਾ ਸਾਰਿਆਂ ਦਾ 7 ਟਰਾਂਸਮਿਟਰ ਰਾਤ ਚੋਰੀ ਹੋਈ ਕੀਮਤ ਹੁਣ ਦੇਖੋ ਜੀ 30-35 ਕਿਲੋ 30 ਕਿਲੋ ਲਾਈਏ ਆਪਾਂ ਇੱਕ ਦੇ 7 ਦੇ 2 ਕੁਇੰਟਲ 10 ਕਿਲੋ ਬਣ ਗਿਆ ਇਹਨਾਂ ਦਾ ਹੈ ਕੀ ਹੈ ਵੇਖ ਲਓ ਤੁਸੀਂ ਵੀ ਤਾਂਬੇ ਦਾ ਕੀ ਰੇਟ ਹੈ ਮੰਗ ਤਾਂ ਵੀ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਪੁਲਿਸ ਵਿਭਾਗ ਨੂੰ ਵੀ ਮਾਨਯੋਗ DSF ਸਾਹਿਬ ਨੂੰ DC ਸਾਹਿਬ ਨੂੰ ਵੀ ਇੱਥੇ ਪੂਰਾ ਪ੍ਰਬੰਧ ਕੀਤਾ ਜਾਵੇ ਠੇਕੇ ਜ਼ਮੀਨ ਲੈ ਕੇ ਵਾਹੀ ਹੋਈ ਹੈ ਇੱਥੇ ਟਰਾਂਸਫਾਰਮਰ ਚੋਰੀ ਹੋਈ ਹੈ ਜੀ ਇਹ ਰਾਤ ਨੂੰ ਚੋਰੀ ਹੋਏ ਹੈ ਅਤੇ ਅਸੀਂ ਤਾਂ ਪਾਣੀ ਲਾਉਣਾ ਸੀ ਜੀ ਅਸੀਂ ਤਾਂ ਖੇਤ ਸਵੇਰੇ ਆ ਕੇ ਵੇਖਿਆ ਜੀ ਚੋਰੀ ਹੋਈ ਹੈ ਬੰਦੇ ਇਕੱਠੇ ਹੋਏ ਹੋਏ ਸੀ ਇੱਥੇ 6-7 ਲੈ ਗਏ ਇੱਥੋਂ ਟਰਾਂਸਫਾਰਮਰ ਇਕੱਠੇ ਚੋਰ ਕੋਈ ਆਇਆ ਹੈ 7-1 ਖਰੋਲ ਕੇ ਲੈ ਗਏ ਨੁਕਸਾਨ ਕਾਫੀ ਕਰ ਗਏ ਜੀ ਹੋਰ ਤਾਲੇ ਵੀ ਭੰਨੇ ਆ ਸਾਡੇ ਕੋਠਿਆਂ ਦੇ ਵਿੱਚ ਵੀ ਸਮਾਨ ਪਿਆ ਸੀ ਜਿਹੜਾ ਉਹ ਵੀ ਲੈ ਗਏ ਨਾਲ ਜੀ ਜੀ ਅਸੀਂ ਬਿਜਲੀ ਵਾਲਿਆਂ ਨੂੰ ਪੁੱਛਿਆ ਸੀ ਜੀ 20-25 ਕਿਲੋ ਕਹਿੰਦੇ ਤਾਂਬਾ ਨਿਕਲਦਾ ਜੀ ਇਹਦੇ ਵਿੱਚੋਂ ਅਤੇ ਜਿਹੜੇ ਤਾਂਬੇ ਵਾਲੇ ਹੁੰਦੇ ਆ ਉਹ ਹੀ ਖੋਲਦੇ ਆ ਜਿਹੜੇ ਅਲਮੀਨੀਅਮ ਵਾਲੇ ਹੁੰਦੇ ਆ ਉਹ ਨਹੀਂ ਖੋਲਦੇ ਅਸੀਂ ਇਹ ਮੰਗ ਕਰਦੇ ਹਾਂ ਜੀ ਸਾਡੇ ਟਰਾਂਸਫਾਰਮਰ ਜਲਦੀ ਤੋਂ ਜਲਦੀ ਦਿੱਤੇ ਜਾਣ ਸਾਨੂੰ ਅਸੀਂ ਕਣਕਾਂ ਨੂੰ ਪਾਣੀ ਲਾਉਣਾ ਜੀ ਸਾਡੀਆਂ ਕਣਕਾਂ ਨਾ ਖਰਾਬ ਹੋ ਜਾਣ ਸਾਡਾ ਜੀ 30-35 ਹਜ਼ਾਰ ਦਾ ਟਰਾਂਸਫਾਰਮਰ ਇੱਕ ਹੈਗਾ ਜੀ ਹੁਣ 7 ਲੈ ਗਏ ਉਹ ਹੁਣ ਸਰਕਾਰ ਵੇਖੇ ਵੀ ਕਿੰਨੇ ਕੁ ਦੱਸ ਗਿਆ ਮਸਲਾ ਇਹ ਜੀ ਸਾਡੇ ਰਾਤ ਟਰਾਂਸਫਾਰਮਰ ਲੈ ਗਏ 7 ਚੋਰ ਆਏ ਸੀ ਉਹ ਖੋਲ੍ਹ ਕੇ ਲੈ ਗਏ ਉਹਨਾਂ ਵਿੱਚ ਸਮਾਨ ਸਾਰਾ ਇੱਕ ਟਰਾਂਸਫਾਰਮਰ ਦੇ ਵਿੱਚ 25-30 ਕਿਲੋ ਤਾਂਬਾ ਨਿਕਲਦਾ ਜਿਹੜੇ ਹੁਣ ਵੇਖ ਲਿੱਤੇ ਹਨ 2-2.5 ਲੱਖ ਦੇ ਵਿਚਾਲੇ ਦਾ ਮਸਲਾ ਹੈ ਲੈ ਗਏ ਉਹ ਹੁਣ ਜੇਈ ਸਾਹਿਬ ਇੱਥੇ ਆਈ ਹੈ ਅਸੀਂ ਇਹ ਮੰਗ ਕਰਿਆ ਕਿ ਜਿਹੜੇ ਹੁਣ ਚੋਰ ਹੈ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਅੱਗੇ ਵੀ ਟਰਾਂਸਫਾਰਮਰ ਇੱਥੋਂ ਬਹੁਤ ਜ਼ਿਆਦਾ ਖੁੱਲ੍ਹੇ ਹੈ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਮੈਂ ਦੀਪ ਕੁਮਾਰ ਜੀ ਸਬ ਡਿਵੀਜ਼ਨ ਖੂਹੀਆਂ ਸਰਵਰ ਤੋਂ ਮੈਨੂੰ ਸਵੇਰੇ ਫੋਨ ਆਇਆ ਸੀ ਰੂਪਨਗਰ ਤੋਂ ਵੀ ਟਾਣੀਆਂ 'ਚੋਂ ਟਰਾਂਸਫਾਰਮਰ ਚੋਰੀ ਹੋ ਗਏ ਅਤੇ ਜਿਵੇਂ ਸੂਚਨਾ ਮਿਲੀ ਉਵੇਂ ਇੱਥੇ ਚੈੱਕ ਕਰਨ ਆਏ ਮੌਕੇ 'ਤੇ 7 ਟਰਾਂਸਫਾਰਮਰ ਚੋਰੀ ਹੋਏ ਸੀ ਜਿਨ੍ਹਾਂ 'ਚੋਂ ਕੋਪਰ ਵਗੈਰਾ ਚੋਰੀ ਕਰਕੇ ਲੈ ਗਏ ਚੋਰ ਅਤੇ ਪਹਿਲਾਂ ਵੀ ਬਹੁਤ ਚੋਰੀਆਂ ਹੋਈਆਂ ਬਾਰੇਕਾਂ ਦਾਨੇ ਵਾਲਾ ਜੰਡ ਵਾਲਾ ਮੀਰਾ ਸਾਂਗਲਾ ਉੱਥੇ ਵੀ ਅਣਪਛਾਤੇ ਲੋਕਾਂ ਖਿਲਾਫ਼ ਹੋਈ ਵੀ FIR ਪੁਲਿਸ ਆਪ ਦੀ ਕਾਰਵਾਈ ਕਰ ਰਹੀ ਹੈ ਕਈ ਲੋਕਾਂ ਕੁਛ ਚੋਰਾਂ ਨੂੰ ਫੜਿਆ ਵੀ ਹੈ ਫੜੇ ਹੋਏ ਹੈ ਅਤੇ ਬਣਦੀ ਕਾਰਵਾਈ ਕੀਮਤ ਲਗਭਗ 25-27 ਹਜ਼ਾਰ ਰੁਪਇਆ ਕੀਮਤ ਬਣਦੀ ਹੈ ਇੱਕ ਟਰਾਂਸਫਾਰਮਰ ਦੀ ਲਗਭਗ 7 ਟਰਾਂਸਫਾਰਮਰਾਂ ਦੀ 1,75,000 ਰੁਪਇਆ ਬਣ ਰਹੀ ਕੁਇੰਟਲ ਬਹੁਤ ਚੋਰੀਆਂ ਹੋ ਰਹੀਆਂ ਧੁੰਦ ਦਾ ਮੌਸਮ ਹੈ ਧੁੰਦ ਕਰਕੇ ਚੋਰ ਆਉਂਦੇ ਆ ਅਤੇ ਲੈ ਜਾਂਦੇ ਆ ਕੋਪਰ ਵਗੈਰਾ ਫੜਾ ਕੇ